डेरा बाबा गंगा राम समिति दे वल्लों हर साल मनाई जाण वाली बाबा गंगा राम जी दी बरसी इस बार कोरोना वायरस दे खतरे नूं वेखदिआं होइआं बहुत ही साधारण तरीके नाल मनाई जावेगी, जिस नूं लैके समिति दे सारे ही मैंबरां दी एक अहम मीटिंग हुई, जिस विच समिति दे पंज मैंबर कमेटी दे अशोक शर्मा ने दस्सिआ कि इस साल उन्हां वल्लों लंगर दी सेवा नूं वी रद्द कर दित्ता गिआ है। सिख बाबा श्री गंगा राम जी महाराज की जी अनवी बरसी है, ये करोना महामारी के चलद प्रशासन ददतों का बहुत ही सादे ढंग जे सेवा समिति के मैंबर है वो सीमित मैंबर द्वारा ही वो सादे ढंग मनाई जा रही है ताकि इतने ज्यादा रश ना हो। इसे महामारी के चलद प्रशासन ददतों का इस बार असी जी श्रीमद भागवत पुराण की कथा चलती सी वह भी ऐतकी पोस्टपोन की है, लंगर भी जरा ऐतकी नहीं बताया जाऊगा। तो इस करके सारे इलाका निवासियों मंडी निवासियों ये पुरजोर बेनती है कि ये महामारी के चलते उन्होंने ध्यान से रखते तो प्रशासन हदायतों के मद्देनजर घरे बैठ के ही बाबा जी का जाप कर बाबा जी का आशीर्वाद प्राप्त कर इतने आके जरा ज्यादा कट ना हो क्योंकि सरकार ददायतों की उलंघना ना हो। ਗੁਰਬਾਣੀ ਅਖੰਡ ਬਾਣੀ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਸਿੱਖ ਬਾਬਾ ਸ਼੍ਰੀ ਗੰਗਾ ਰਾਮ ਜੀ ਮਹਾਰਾਜ ਦੀ ਜਿਹੜੀ ਅਨੰਨਵੀਂ ਬਰਸੀ ਹੈ ਇਹ ਸੀ ਕੋਰੋਨਾ ਮਹਾਮਾਰੀ ਦੇ ਚਲਦਿਆਂ ਤੇ ਪ੍ਰਸ਼ਾਸਨ ਦੇ ਹਦਾਇਤਾਂ ਮੁਤਾਬਕ ਬਹੁਤ ਹੀ ਸਾਦੇ ਢੰਗ ਨਾਲ ਜਿਹੜੇ ਸੇਵਾ ਸਮਿਤੀ ਦੇ ਮੈਂਬਰ ਹੈ ਉਹ ਸੀਮਿਤ ਮੈਂਬਰਾਂ ਦੁਆਰਾ ਹੀ ਉਹ ਸਾਦੇ ਢੰਗ ਨਾਲ ਮਨਾਈ ਜਾ ਰਹੀ ਹੈ ਤਾਂ ਕਿ ਇੱਥੇ ਜ਼ਿਆਦਾ ਰਸ਼ ਨਾ ਹੋਵੇ। ਇਸੇ ਮਹਾਮਾਰੀ ਦੇ ਚਲਦਿਆਂ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਇਸ ਵਾਰ ਅਸੀਂ ਜਿਹੜੀ ਸ਼੍ਰੀਮਦ ਭਾਗਵਤ ਪੁਰਾਣ ਦੀ ਕਥਾ ਚਲਦੀ ਸੀ ਉਹ ਵੀ ਐਤਕੀ ਪੋਸਟਪੋਨ ਕੀਤੀ ਹੈ, ਲੰਗਰ ਵੀ ਜਿਹੜਾ ਐਤਕੀ ਉਹ ਨਹੀਂ ਵਰਤਾਇਆ ਜਾਊਗਾ। ਤੇ ਇਸ ਕਰਕੇ ਸਾਰੇ ਇਲਾਕਾ ਨਿਵਾਸੀਆਂ ਨੂੰ ਮੰਡੀ ਨਿਵਾਸੀਆਂ ਨੂੰ ਇਹ ਸਾਡੀ ਪੁਰਜ਼ੋਰ ਬੇਨਤੀ ਹੈ ਕਿ ਇਹ ਮਹਾਮਾਰੀ ਜੇ ਚੱਲਦੇ ਉਹਨੂੰ ਧਿਆਨ ਚ ਰੱਖਦੇ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਘਰੇ ਬੈਠ ਕੇ ਹੀ ਬਾਬਾ ਜੀਆਂ ਦਾ ਜਾਪ ਕਰਨ ਤੇ ਬਾਬਾ ਜੀਆਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਇੱਥੇ ਆ ਕੇ ਜਿਹੜਾ ਜ਼ਿਆਦਾ ਇਕੱਠ ਨਾ ਹੋਵੇ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਨਾ ਹੋਵੇ। ਬੋਲ ਬਾਬਾ ਸ਼੍ਰੀ ਗੰਗਾ ਰਾਮ ਜੀ ਮਹਾਰਾਜ ਕੀ ਜੈ।